ਸਾਡੇ ਸੁੱਖ ਸਾਰੇ ਇੱਧਰ ਕਿੰਨੇ ਕੁ ਸੀਗੇ ਦੇਖਿਓ ਤੁਹਾਨੂੰ ਸਕਰੀਨ ਹੈ ਕਿੰਨੇ ਕੁ ਸੀਗੇ ਇਹ ਸੀਗੇ ਪੰਜ ਛੇ ਸੀਗੇ ਹਾਂਜੀ ਸਵੇਰ ਦੀ ਹੈ ਜੀ ਪੰਜ ਕੁ ਵਜੇ ਸਵੇਰੇ ਪੰਜ ਵਜੇ ਗੁਆਂਢੀਆਂ ਨੇ ਫੋਨ ਕੀਤਾ ਸੀਗਾ ਜੀ ਫਿਰ ਨਾਲ ਮਾਮਾ ਜੀ ਦਾ ਮੁੰਡਾ ਫਿਰ ਆਇਆ ਸੀ ਬਾਹਰ ਰਾਤ ਨੂੰ ਸਰਦੀਆਂ ਕਰਕੇ ਬਾਹਰ ਆਵਾਜ਼ ਵੀ ਨਹੀਂ ਸੁਣਦੀ ਤੁਸੀਂ ਉੱਧਰ ਟੁੱਟ ਪਿਓ ਸਵੇਰੇ ਪੰਜ ਵਜੇ ਨਾਲੇ ਅੰਕਲ ਨੂੰ ਕੱਟ ਲਿਆ ਪੁੱਤਾਂ ਦੇ ਦਿਖਾ ਦੋ ਕੋਈ ਨਹੀਂ ਆਪ ਦਿਖਾ ਦੋ ਕਿੱਥੋਂ ਫਟਿਆ ਹੋਇਆ ਜੀ ਚੱਕ ਕੇ ਦਿਖਾ ਦੋ ਕੋਈ ਦਿਖੇਗਾ ਹਾਂ ਚੱਕ ਕੇ ਦਿਖਾ ਦੇ ਕੋਈ ਨਾ ਆਪ ਪੈਂਟ ਸਾਰੀ ਥਾਂ ਤੇ ਹਾਂ ਜਿੰਦਰਾ ਮਾਰੀ ਹੈ ਸਾਰੀਆਂ ਆ ਜੀਨ ਦਾ ਗੰਟੇ ਦਾ ਹੋਰ ਸਾਡਾ ਠੀਕ ਹੋ ਹਾਂਜੀ ਠੀਕ ਹੈ ਤਾਂ ਲਾਇਆ ਜੀ ਮੈਂ ਕੱਲ ਪਾਸ ਕਰਾਉਣ ਦੀ ਖਬਰ ਲਈ ਨਾ ਉਵੇਂ ਲਾਓ ਠੀਕ ਹੈ ਕੀ ਨਾਮ ਹੈ ਤੁਹਾਡਾ ਜੀ ਗੁਰਸਾਜਨ ਸਿੰਘ ਗੁਰਸਾਜਨ ਜੀ ਤੁਹਾਡੇ ਜਿਹੜੇ ਕੁੱਤਿਆਂ ਨੇ ਵੱਢਿਆ ਇਹ ਕਿਸ ਟਾਈਮ ਦੀ ਘਟਨਾ ਔਰ ਕਿੰਨਾ ਕੁ ਟਾਈਮ ਸਵੇਰੇ ਹੋ ਰਿਹਾ ਸੀਗਾ ਸਵੇਰੇ 5 ਕੁ ਵਜੇ ਦੀ ਮੈਂ ਸੈਰ ਕਰਨ ਲਈ ਨਿਕਲ ਰਿਹਾ ਸੀਗਾ ਜੀ ਅਤੇ ਇੱਕੋਦਮ ਗੇਟ ਖੋਲ੍ਹਿਆ ਅਤੇ ਉੱਧਰੋਂ ਦੀ ਕੁੱਤਾ ਆਇਆ ਅਤੇ ਉਸੇ ਵੇਲੇ ਮੈਨੂੰ ਪੈ ਗਿਆ ਇੱਥੇ ਉਹਨੇ ਦੰਦ ਜਿਹੇ ਮਾਰਤੇ ਅਤੇ ਉਸ ਤੋਂ ਬਾਅਦ ਫਿਰ ਮੈਂ ਉੱਥੇ ਬੇਹੋਸ਼ ਜਿਹਾ ਹੋ ਕੇ ਗਿਰ ਗਿਆ ਵਾਜਾਂ ਵੁਜਾਂ ਵੀ ਘਰਦਿਆਂ ਨੂੰ ਮਾਰੀਆਂ ਅਤੇ ਪਤਾ ਨਹੀਂ ਲੱਗਿਆ ਘਰਦਿਆਂ ਨੂੰ ਸੁੱਤੇ ਪਏ ਸੀਗੇ ਸਾਰੇ ਸਵੇਰੇ ਮੈਂ ਰੋਜ਼ ਹੀ ਜਾਂਦਾ ਸਵੇਰੇ ਅਤੇ ਇੱਕੋਦਮ ਫਿਰ 5-6 ਕੁੱਤੇ ਹੋਰ ਆ ਗਏ ਭੌਂਕਦੇ ਭੌਂਕਦੇ ਅਤੇ ਮੈਂ ਤਾਂ ਫਿਰ ਗਿਰ ਗਿਆ ਬੇਹੋਸ਼ ਹੋ ਗਿਆ ਅਤੇ ਮੈਨੂੰ ਫਿਰ ਘੜੀਸ ਕੇ ਪਤਾ ਨਹੀਂ ਥੋੜ੍ਹੀ ਜਿਹੀ ਪਰੇ ਨੂੰ ਲੈ ਗਏ ਉਹ ਕੱਪੜੇ ਕੁੱਪੜੇ ਵੀ ਮੇਰੇ ਫਟ ਗਏ ਸਾਰੇ ਇਹ ਨਿਸ਼ਾਨ ਲੱਗੇ ਸਾਰੇ ਇੱਥੇ ਲੱਗੇ ਹੋਏ ਆ ਲੱਤਾਂ 'ਤੇ ਲੱਗੇ ਹੋਏ ਆ ਜਿਹੜੇ ਕੁੱਤੇ ਨੇ ਕਿੱਥੋਂ ਦੇ ਤੁਹਾਡੇ ਆਪਣੇ ਮਹੱਲੇ ਦੇ ਨੇ ਕੋਈ ਬਾਹਰਲੇ ਮਹੱਲੇ ਦੇ ਸਾਡੇ ਆਪਣੇ ਮਹੱਲੇ ਦੇ ਹੀ ਜੀ ਇੱਥੇ ਹੀ ਚੌਂਕ 'ਤੇ ਬੈਠੇ ਰਹਿੰਦੇ ਕੋਈ ਪ੍ਰਸ਼ਾਸਨ ਨੂੰ ਪਹਿਲੇ ਕੋਈ ਕੰਪਲੇਂਟ ਕੀਤੀ ਹੈ ਕਿ ਇਹਨਾਂ ਨੂੰ ਚੁਕਾਇਆ ਜਾਵੇ ਜਾਂ ਕੁਛ ਹੈ ਪਹਿਲੇ ਹੁਣ ਮੇਰੇ ਨਾਲ ਤਾਂ ਪਹਿਲੀ ਵਾਰੀ ਇਹ ਵਾਰਦਾਤ ਹੋਈ ਹੈ ਜੀ ਮੈਨੂੰ ਤਾਂ ਪਤਾ ਨਹੀਂ ਵੈਸੇ ਹਰੇਕ ਦੇ ਮਗਰ ਹੀ ਪੈਂਦੇ ਆ ਬੱਚੇ ਸਵੇਰੇ ਜਾਂਦੇ ਆ ਸਕੂਲ ਉਹਨਾਂ ਦੇ ਮਗਰ ਪੈ ਜਾਂਦੇ ਆ ਵੱਡਾ ਕੋਈ ਬਜ਼ੁਰਗ ਜਾਂਦਾ ਉਹਨਾਂ ਦੇ ਮਗਰ ਪੈ ਜਾਂਦੇ ਆ ਮਤਲਬ ਕਿ ਕੋਈ ਸੇਫਟੀ ਨਹੀਂ ਹੈਗੀ ਸਾਡੀ ਆਬਾਦੀ ਵੱਧ ਨਹੀਂ ਕੁੱਤਿਆਂ ਦੀ ਆਬਾਦੀ ਕਿਹੜੀ ਬਹੁਤ ਜ਼ਿਆਦਾ ਵੱਧ ਰਹੀ ਹੈ ਜੀ ਇਹਨਾਂ ਦੀ ਪ੍ਰਸ਼ਾਸਨ ਚਾਹੀਦਾ ਕਿ ਇਹਨਾਂ ਦੇ ਨਖੇਲ ਹਾਂਜੀ ਜ਼ਰੂਰ ਚਾਹੀਦਾ ਜੀ ਇਹਨਾਂ 'ਤੇ ਕੰਟਰੋਲ ਕੀਤਾ ਜਾਵੇ ਇਹਨਾਂ ਨੂੰ ਚੱਕ ਕੇ ਲੈ ਜਾਣ ਜਾਂ ਕੁਛ ਕਰਨ ਇਹਨਾਂ ਦਾ ਅੱਜ ਮੇਰੇ ਨਾਲ ਹੋਈ ਹੈ ਕੱਲ੍ਹ ਨੂੰ ਕਿਸੇ ਹੋਰ ਨਾਲ ਵੀ ਹੋ ਸਕਦੀ ਹੈ ਕਿਸੇ ਬੱਚੇ ਕਿਸੇ ਬਜ਼ੁਰਗ ਨਾਲ ਕਿਸੇ ਬੱਚੇ ਨਾਲ ਕਿਸੇ ਨਾਲ ਵੀ ਹੋ ਸਕਦੀ ਹੈ ਮੈਂ ਤਾਂ ਚਲੋ ਥੋੜ੍ਹਾ ਜਿਹਾ ਜਵਾਨ ਸੀਗਾ ਤਾਂ ਕਰਕੇ ਥੋੜ੍ਹਾ ਬਚਾਅ ਮੇਰਾ ਹੋ ਗਿਆ ਜੇ ਕੋਈ ਹੋਰ ਹੁੰਦਾ ਬਾਏ ਚਾਂਸ ਹੁਣ ਕਦੀ ਅੱਗੇ ਵੀ ਅਖਬਾਰਾਂ 'ਚ ਆਉਂਦਾ ਕਿ ਬੱਚਿਆਂ ਨੂੰ ਨੋਚ ਨੋਚ ਕੇ ਕੁੱਤੇ ਖਾ ਗਏ ਛੋਟੇ ਬੱਚਿਆਂ ਨੂੰ ਜੇ ਕੋਈ ਹੋਰ ਤਰੀਕੇ ਬਚਾਅ ਨਹੀਂ ਆਉਂਦਾ ਹੋ ਸਕਦਾ ਕਿ ਤੁਸੀਂ ਜਿਵੇਂ ਦੱਸ ਰਹੇ ਬੇਹੋਸ਼ ਹੋ ਗਏ ਸੀ ਮੈਂ ਉਦੋਂ ਤੁਹਾਨੂੰ ਵੀ ਸ਼ਾਇਦ ਮਾਰ ਦਿੰਦੇ ਹਾਂਜੀ ਮਾਰ ਸਕਦੇ ਸੀਗੇ ਅਜੇ ਤਾਂ ਆ ਮੇਰੇ ਮੂੰਹ 'ਤੇ ਲੱਗਿਆ ਅਤੇ ਇੱਥੇ ਪੇਟ 'ਤੇ ਲੱਗੀ ਹੈ ਜੇ ਬਾਏ ਚਾਂਸ ਕਿਤੇ ਮੇਰਾ ਕੋਈ ਕੰਨ ਕੁੰਨ ਖਾ ਲੈਂਦੇ ਜਾਂ ਗਲੇ ਨੂੰ ਵੱਢ ਵੁੱਢ ਲੈਂਦੇ ਅਤੇ ਕੁਛ ਵੀ ਹੋ ਸਕਦਾ ਸੀਗਾ ਜੀ ਇੱਧਰ ਬੈਠੇ ਆ ਤਿੰਨ ਚਾਰ ਉਹ ਫਿਰਦੇ ਆ ਸਾਰੇ ਆ ਉਹਦੇ ਜਿਹੜਾ ਐਡਿਟ ਕਰ ਦਿਓ ਵਿੱਚ ਜਿਹੜਾ ਫੇਸ 'ਤੇ ਚਿਹਰੇ ਵਾਲਾ ਹੋ ਗਿਆ ਇੱਕ ਚੀਜ਼ ਕੱਟ ਦਿਓ ਚੋਂ ਮੇਰੇ ਪਿੱਛੇ ਪਿੱਛੇ ਰਹਿ ਮੇਰਾ ਨਾਂ ਅਮਰਜੀਤ ਰਾਏ ਆ ਹਾਂਜੀ ਮੈਂ 51 ਸੀ ਜੀ ਆਧਾਰ ਨਗਰ ਗਲੀ ਨੰਬਰ 1 ਦੇ ਵਿੱਚ 1 ਦਾ ਨਿਵਾਸੀ ਹਾਂ ਮੈਂ ਕਾਫੀ ਸਾਲਾਂ ਤੋਂ ਇੱਥੇ ਰਹਿ ਰਿਹਾ ਪਰ ਜਿਹੜੀ ਆ ਕੁੱਤਿਆਂ ਦੀ ਸਮੱਸਿਆ ਇਹ ਸਾਡੇ ਵਾਸਤੇ ਬੜੀ ਗੰਭੀਰ ਸਮੱਸਿਆ ਬਣੀ ਹੋਈ ਹੈ ਇੱਥੋਂ ਦੀ ਆਮ ਨਾਗਰਿਕ ਨੂੰ ਲੰਘਣਾ ਬਹੁਤ ਔਖਾ ਹੋ ਗਿਆ ਇਹ ਕੁੱਤੇ ਬੰਦੇ ਦਾ ਕਾਫੀ ਦੂਰ ਤੱਕ ਪਿੱਛਾ ਕਰਦੇ ਨੇ ਕਈ ਸਾਡੇ ਬਜ਼ੁਰਗਾਂ ਅਤੇ ਬੱਚਿਆਂ ਦੇ ਮਗਰ ਵੀ ਪਏ ਨੇ ਉਹ ਤਾਂ ਆਪਣੀ ਕਿਸਮਤ ਦੇ ਨਾਲ ਬਚ ਚੁੱਕੇ ਨੇ ਪਰ ਇੱਕ ਮੇਰਾ ਵੀਰ ਜਿਹਨੂੰ ਕਾਫੀ ਜ਼ਖਮੀ ਕੀਤਾ ਗਿਆ ਹੈਗਾ ਉਹ ਆਪਣੇ ਘਰ ਦੇ ਵਿੱਚ ਸੀ ਅਤੇ ਉਹ ਆਪਣੇ ਸੈਰ 'ਤੇ ਜਾ ਰਿਹਾ ਸੀ ਜਦੋਂ ਉਹ ਸੈਰ 'ਤੇ ਜਾਣ ਲੱਗਿਆ ਤਾਂ ਇੱਕ ਕੁੱਤਾ ਉਹਨੂੰ ਆ ਕੇ ਚੁੰਬੜ ਗਿਆ ਅਤੇ ਉਸ ਦੇ ਬਾਅਦ 10-12 ਕੁੱਤਿਆਂ ਨੇ ਉਹ 'ਤੇ ਕਾਫੀ ਹਮਲੇ ਕੀਤੇ ਉਹਦੇ ਫੇਸ ਨੂੰ
ਉਹਦੇ ਚਿਹਰੇ ਨੂੰ ਉਹਦੇ ਢਿੱਡ 'ਤੇ ਉਹਦੇ ਸਾਰੇ ਕੱਪੜੇ ਲੀਰੋ ਲੀਰ ਕਰ ਦਿੱਤੇ। 5 ਵਜੇ ਦਾ ਸਮਾਂ ਸੀ, ਕਿਸੇ ਨੂੰ ਇਸ ਗੱਲ ਦੀ ਭਿਣਕ ਤੱਕ ਨਹੀਂ ਲੱਗੀ ਅਤੇ ਥੋੜ੍ਹੀ ਦੇਰ ਬਾਅਦ ਗੁਆਂਢੀ ਕੋਈ ਜਾਗਿਆ ਅਤੇ ਉਹਨੇ ਉਹਨਾਂ ਦੇ ਘਰਦਿਆਂ ਨੂੰ ਖਬਰ ਕੀਤੀ। ਨਾ ਲੈ ਕੇ ਬੰਦ ਕਰਕੇ ਜੀ, ਫਿਰ ਨਸਬੰਦੀ ਕਰੀ, ਫਿਰ ਛੱਡ ਗਏ, ਸਗੋਂ 4-5 ਕੁੱਤੇ ਹੋਰ ਛੱਡ ਗਏ ਜੀ ਨਾਲ ਦੇ ਨਾਲ। ਅੱਛਾ ਜੀ। ਅਤੇ ਆਪਾਂ ਤਾਂ ਇਹੀ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਵੀ ਇਹਨਾਂ ਨਕੇਲ ਪਾਈ ਜਾਵੇ, ਕੱਲ੍ਹ ਨੂੰ ਨਹੀਂ ਕੱਲ੍ਹ ਨੂੰ ਹੋਰ ਇਸ ਤੋਂ ਵੱਡਾ ਹਾਦਸਾ ਹੋ ਸਕਦਾ।